ਮੋਹਾਲੀ ਜ਼ਿਲ੍ਹੇ ਦੇ ਖਰੜ ਸੰਤੇ ਮਾਜਰਾ ਲਾਂਡਰਾ ਰੋਡ 'ਤੇ ਅਚਾਨਕ ਸਵੇਰੇ ਇੱਕ ਸੀਮੈਂਟ ਤੋਂ ਭਰਿਆ ਟਰੱਕ ਓਵਰਲੋਡ ਟਰੱਕ ਸੀ ਜੋ ਕਿ ਅਚਾਨਕ ਟਾਇਰ ਫਟਣ ਕਾਰਨ ਜਿਹੜਾ ਉਹ ਪੂਰਾ ਬਲਾਸਟ ਹੋਇਆ ਟਾਇਰ। ਉਸ ਤੋਂ ਬਾਅਦ ਪੂਰਾ ਟਰੱਕ ਪਲਟ ਗਿਆ, ਪੂਰਾ ਰੋਡ ਜਿਹੜਾ ਉਹ ਜਾਮ ਹੋ ਗਿਆ। ਕਰੀਬ 7:30 ਵਜੇ ਸਵੇਰੇ ਦੀ ਇਹ ਪੂਰੀ ਘਟਨਾ ਹੈ, ਜਿਸ ਤੋਂ ਬਾਅਦ ਕਾਫੀ ਘੰਟੇ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਮਸ਼ੱਕਤ ਕਰਨੀ ਪਈ, ਕਿਉਂਕਿ ਪੂਰਾ ਰੋਡ ਜਿਹੜਾ ਹੈ ਪੂਰਾ ਹਾਈਵੇ ਹੈ, ਲਾਂਡਰਾ ਰੋਡ ਹੈ, ਖਰੜ ਲਾਂਡਰਾ ਰੋਡ ਹੈ, ਉੱਥੇ ਪੂਰਾ ਰੋਡ 'ਤੇ ਹੀ ਉਹ ਟਰੱਕ ਪਲਟ ਗਿਆ, ਜਿਸ ਕਰਕੇ ਕਾਫੀ ਮਸ਼ੱਕਤ ਲੋਕਾਂ ਨੂੰ ਕਰਨੀ ਪਈ, ਕਿਉਂਕਿ ਪੂਰਾ ਰੋਡ ਡਾਇਵਰਟ ਕਰਨਾ ਪਿਆ ਲੋਕਾਂ ਨੂੰ, ਜਿਹੜਾ ਰੋਡ ਰੋਕ ਕੇ ਪਿੱਛੋਂ ਕਾਫੀ ਘੁੰਮ ਕੇ ਆਪਣੇ ਜਿਹੜੇ ਡੈਸਟੀਨੇਸ਼ਨ 'ਤੇ ਪਹੁੰਚਣਾ ਪਿਆ। ਹਾਲਾਂਕਿ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਟਰੱਕ ਨੂੰ ਨਹੀਂ ਚੱਕਿਆ ਗਿਆ, ਕਿਉਂਕਿ ਕਾਫੀ ਉਹਦੇ 'ਚ ਲੋਡ ਸੀਗਾ, ਸੀਮੈਂਟ ਦੱਸੀ ਜਾ ਰਹੀ, ਸੀਮੈਂਟ ਇਹਦੇ 'ਚ ਟਰੱਕ 'ਤੇ ਸੀਗੀ, ਜਿਸ ਕਰਕੇ ਕਾਫੀ ਮਸ਼ੱਕਤ ਕਰਨੀ ਪਈ। NHI ਦੇ ਜਿਹੜੇ JCB ਨੇ, ਹੋਰ ਜਿਹੜੇ ਟਰੈਕਟਰ ਨੇ, ਉਹਨਾਂ ਨੂੰ ਬੁਲਾ ਕੇ ਚੱਕਣ ਦੀ ਕੋਸ਼ਿਸ਼ ਕੀਤੀ, ਲੇਕਿਨ ਪੂਰਾ ਦਿਨ ਅਸੀਂ ਕਹਿ ਸਕਦੇ ਹਾਂ ਕਿ ਟਰੱਕ ਜਿਹੜਾ ਹੈਗਾ ਉਹ ਸੜਕ 'ਤੇ ਪੂਰਾ ਦੋਵੇਂ ਪਾਸੇ ਜਿਹੜਾ ਹੈ, ਉਹ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ, ਹਾਲਾਂਕਿ ਪੂਰਾ ਰੋਡ ਜਿਹੜਾ ਹੈਗਾ ਉਹ ਡਾਇਵਰਟ ਕੀਤਾ ਗਿਆ ਪੁਲਿਸ ਵੱਲੋਂ, ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਡਾਇਵਰਟ ਕਰਕੇ ਲੋਕਾਂ ਨੂੰ ਅਵੇਅਰ ਕੀਤਾ ਗਿਆ, ਕਿਉਂਕਿ ਪੂਰਾ ਰੋਡ ਜਿਹੜਾ ਹੈ ਸਵੇਰੇ ਕਰੀਬ 7:30 ਵਜੇ ਤੋਂ ਲੈ ਕੇ ਦੁਪਹਿਰ ਤੱਕ ਇਹ ਪੂਰਾ ਰੋਡ ਜਿਹੜਾ ਉਹ ਬੰਦ ਕੀਤਾ ਗਿਆ, ਕਿਉਂਕਿ ਕਿਸੇ ਨੂੰ ਵੀ ਆਉਣ ਜਾਣ ਨਹੀਂ ਦਿੱਤਾ ਜਾ ਰਿਹਾ ਸੀਗਾ, ਪੂਰਾ ਰੋਡ ਬਲੌਕ ਸੀਗਾ। ਹਾਲਾਂਕਿ ਇਹਦੇ ਵਿੱਚ ਇਹ ਰਾਹਤ ਦੀ ਗੱਲ ਜ਼ਰੂਰ ਰਹੀ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਲੇਕਿਨ ਜਿੰਨਾ ਵੀ ਪੂਰਾ ਟਰੱਕ ਸੀਗਾ ਉਹਦਾ ਜਿਹੜਾ ਸਾਰਾ ਸਮਾਨ ਉਹ ਗਿਰ ਕੇ ਪੂਰਾ ਖਤਮ ਹੋ ਗਿਆ। ਖਰੜ ਤੋਂ ਕੈਮਰਾਮੈਨ ਸਨਪ੍ਰੀਤ ਸਿੰਘ ਨਾਲ ਮਨੋਜ ਰਾਠੀ, NewsAT ਪੰਜਾਬ। ਸਰ ਇਹ ਕਿੰਨੀ ਕੁ ਦੇਰ ਹੋ ਗਈ ਜੀ ਰਸਤਾ ਬੰਦ ਹੋਇਆ ਜੀ? ਇਹ ਤਕਰੀਬਨ 7-8 ਵਜੇ ਦੀ ਗੱਲ ਹੈ ਇਹ। ਅਤੇ ਹੁਣ ਮਤਲਬ ਤਾਂ 4-5 ਘੰਟੇ ਹੋ ਗਏ ਖੁੱਲ੍ਹੇ ਹੀ ਨਹੀਂ, ਇਹ ਲੱਗਿਆ ਵਜਨ ਜ਼ਿਆਦਾ ਇਹਦੇ ਵਿੱਚ। ਇਹ ਨੈਸ਼ਨਲ ਹਾਈਵੇ ਖੋਲ੍ਹਦੀ ਦੀ ਕਰੇਨ ਵੀ ਮੰਗਾਈ ਹੋਈ ਆ, ਬਾਕੀ ਅਸੀਂ ਵੀ ਆਪਣੀ ਕਰੇਨ ਦਾ ਪ੍ਰਬੰਧ ਕਰ ਰਹੇ ਹਾਂ ਜੀ। ਲੋਕ ਵਜਨ ਟਰਾਲੇ ਵਿੱਚ ਜ਼ਿਆਦਾ, ਬਸ ਮੇਰੇ ਤਾਂ ਮੇਰੇ ਵੀਰ ਭਰਾਵਾਂ ਜਨਤਾ ਨੂੰ ਅਪੀਲ ਹੈ ਕਿ ਜਿਹੜਾ ਖੈਰ ਤੋਂ ਲਾਂਡਾ ਰਸਤਾ ਜਾਂਦਾ ਘੰਟਾ ਖੰਡਾ ਫਿਰ ਨਾ ਆਇਓ, ਕਿਉਂਕਿ ਅਸੀਂ KFC ਵੱਲ ਦੀ ਅਤੇ ਇੱਧਰ ਬਟਾਲਾ ਵੱਲ ਦੀ ਅਸੀਂ ਜੋ ਵੀ ਟਰੈਫਿਕ ਉੱਥੇ ਨਿਗਾ ਰਹੇ ਹਾਂ, ਅਤੇ ਇੱਧਰ ਮੋਟਰਸਾਈਕਲ ਜਾਂ ਟਾਈਮ ਟਾਈਮ ਕਾਰ ਜਾ ਰਹੀ ਹੈ, ਹਜੇ ਹੈਵੀ ਗੱਡੀ ਇੱਧਰ ਨਾ ਲੈ ਕੇ ਆਓ। ਇਹ ਹੋਇਆ ਕਾਹਦੇ ਨਾਲ ਪਤਾ ਲੱਗਿਆ? ਇਹਦਾ ਮੂਹਰਲਾ ਟਾਇਰ ਫਟਿਆ ਜੀ ਮੈਨੂੰ ਲੱਗਦਾ, ਫਿਰ ਉੱਦਾਂ ਜਾਂ ਹੋ ਸਕਦਾ ਸਵੇਰੇ ਜ਼ਿਆਦਾ ਇਹਦੀ ਸਪੀਡ ਹੋਵੇ ਗੱਡੀ। ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ? ਨਾ ਨਾ, ਜਾਨੀ ਮਾਨੀ ਸੁੱਕ ਰਹੀ ਹੈ ਮਾਲਕ ਦੀ, ਕੋਈ ਜਾਨੀ ਮਾਨੀ ਕੋਈ ਨੁਕਸਾਨ ਨਹੀਂ। ਕਿਆ ਨਾਮ ਹੈ ਆਪਣਾ? ਮੁੰਨਾ ਨਾਮ ਹੈ। ਯਹੀਂ ਕੰਮ ਕਰਦੇ ਹੋ? ਹਾਂਜੀ ਹਾਂਜੀ। ਇਹ ਕਾਬੂ ਹੈ? ਇਹ 3 ਵਜੇ ਰਾਤ ਕੋ ਬੋਲੋ ਜੋ। ਨਹੀਂ ਆਪ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ? ਨਹੀਂ ਨਹੀਂ, ਕੁਛ ਵੀ ਨਹੀਂ ਹੋਇਆ, ਮਤਲਬ ਟਾਇਰ ਫਟ ਗਿਆ ਤਾਂ ਇਸਕੀ ਵਜ੍ਹਾ ਸੇ ਇੱਕ ਤਰਫ ਗਾੜੀ ਵੱਗ ਗਈ। ਪਤਾ ਲੱਗਾ ਵੀ ਇੱਕ ਮਤਲਬ ਕੋਈ ਆ ਕੇ ਪਿੱਛੇ ਗਾੜੀ ਆਈ ਹੈ? ਨਹੀਂ ਨਹੀਂ ਨਹੀਂ, ਕੋਈ ਕੁਛ ਨਹੀਂ ਹੈ। ਜਾਣੀ 5 ਵਜੇ ਦਾ ਟਾਈਮ ਦੱਸ ਰਿਹਾ, ਬਾਕੀ ਹੁਣ ਟਰੈਕ ਟਾਈਮ ਦਾ ਪਤਾ ਨਹੀਂ, ਉਹ PCR ਵਾਲੇ ਪਤਾ ਕਿੰਨੇ ਵਜੇ ਦਾ, ਸਾਨੂੰ ਤਾਂ ਸਵੇਰੇ 6 ਵਜੇ ਮੈਸੇਜ ਮਿਲਿਆ। ਅਤੇ ਡਰਾਈਵਰ ਠੀਕ ਹੈ ਜੀ? ਡਰਾਈਵਰ ਠੀਕ ਹੈ, ਜਿਹੜੀ ਸੱਟਾਂ ਲੱਗੀਆਂ ਹੋਸਪਿਟਲ ਹੈ। ਕੋਈ ਹੋਰ ਕਿਸੇ ਸੱਟ ਵੱਟ ਦੇ? ਨਾ, ਹੋਰ ਕਿਸੇ ਦਿਨ ਰਾਤ ਨੂੰ ਐਕਸੀਡੈਂਟ ਹੋਇਆ, ਬਚਾਅ ਹੋ ਗਿਆ, ਉਹ ਸਾਹਮਣੇ ਕੰਨ ਦੇ ਵਿੱਚ ਵੱਜਿਆ ਸੀਗਾ, ਉਹਦੇ ਕੰਨ ਦਾ ਵੀ ਬਚਾਅ ਹੋ ਗਿਆ। ਅਤੇ ਕਾਹਦੀ ਗੱਡੀ ਕਾਹਦੀ ਹੈ? ਇਹ ਸੀਮਿੰਟ ਦੀ ਭਰੀ ਹੋਈ ਹੈ ਜੀ। ਅਤੇ ਹੁਣ ਰਸਤਾ ਬੰਦ ਹੈ ਜੀ? ਫਿਰ ਰਸਤਾ ਨਹੀਂ, ਗੱਡੀਆਂ ਛੋਟੀਆਂ ਲੰਘ ਰਹੀਆਂ, ਵੱਡੀਆਂ ਗੱਡੀਆਂ ਲੰਘ ਰਹੀਆਂ ਜੀ। ਹਲਡਰੇ ਮੰਗਾਏ ਆ, ਉਹ ਹਲਡਰੇ ਨਾਲ ਸਾਈਡ 'ਤੇ ਕਰਵਾਉਣੇ।